फरीदकोट के बैबल कलां विच नैशनल हाईवे 54 ते पिछले 14 महीने तो करीब चल रहे बेअदबी इंसाफ मोर्चे ने अपना बनदा इंसाफ ना मिलन दे चलदियां उक्त संघर्ष नूं होर तिखा रूप दिंदे होए 5 फरवरी नूं NH 54 नूं दोनों पासों पक्के तौर ते जाम कर दिता सी। मोर्चे वालों सीधे तौर पर सरकार को चेतावनी दी कि हुण जिन्ना टाइम पूर्ण तौर पर इंसाफ दवाने वाली संगतां नूं लिखती तौर पर विश्वास नहीं दे पाउंदी उन्ना टाइम इस रोड नूं बिल्कुल जाम रखा जाएगा ते आने वाले समय में तिखा रूप भी लिया जा सकता है। ਜਿਹੜਾ ਤੀਜੇ ਦਿਨ ਦੀ ਰਾਤ ਹੋ ਗਈ ਹੈ, ਰਾਤ ਨੂੰ ਤੁਹਾਡੇ ਕੋਲੇ ਪਹੁੰਚੇ ਹੈ, ਕਿਸ ਤਰੀਕੇ ਦਾ ਹੁਣ ਤੱਕ ਦਾ ਜਿਹੜਾ ਰਿਸਪੌਂਸ ਮਿਲਿਆ, ਕਿਵੇਂ ਤੁਹਾਡਾ ਜਿਹੜਾ ਜਾਮ ਚੱਲ ਰਿਹਾ? ਦੇਖੋ ਜੀ, ਸੰਗਤ ਦਾ ਜਿਹੜਾ ਬਹੁਤ ਜ਼ਿਆਦਾ ਇੱਥੇ ਰੋਸ ਆ ਇਸ ਸਰਕਾਰਾਂ ਪ੍ਰਤੀ, ਤੁਸੀਂ ਦੇਖਿਆ ਹੀ ਹੋਣਾ ਪਹਿਲਾਂ ਜਿਸ ਹਿਸਾਬ ਨਾਲ ਸੰਗਤ ਆ ਰਾਤ ਨੂੰ ਵੀ ਜਿਹੜੀ ਕਾਫੀ ਹੁੰਦੀ ਹੈ ਅਤੇ ਦਿਨੇ ਵੀ। ਅਸੀਂ ਇਹੀ ਸਰਕਾਰਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਨਾ ਹੋਰ ਸਬਰ ਪਰਖੋ ਇਹਨਾਂ ਲੋਕਾਂ ਦਾ ਇਸ ਮਸਲੇ ਦੇ ਹੱਲ ਦੇ ਲਈ, ਜੋ ਵੀ ਛੇਤੀ ਤੋਂ ਛੇਤੀ ਇਹਨਾਂ ਵੱਲੋਂ ਕੀਤਾ ਜਾ ਸਕਦਾ ਉਹ ਕਰਨ, ਕਿਉਂਕਿ ਲੋਕ ਖਫਾ ਨੇ ਇਸ ਗੱਲ ਤੋਂ ਕਿ ਜਿਹੜਾ ਮਸਲਾ ਥੋੜ੍ਹੇ ਦਿਨਾਂ ਦੇ ਵਿੱਚ ਹੱਲ ਹੋਣ ਵਾਲਾ ਸੀ ਉਹਨੂੰ ਸਾਲਾਂ ਬੱਧੀ ਲਗਾ ਦਿੱਤਾ, ਕਿੱਥੇ ਜਾ ਕੇ ਹਜੇ ਦੋਸ਼ੀਆਂ ਨੂੰ ਸਜ਼ਾਵਾਂ ਹੋਣਗੀਆਂ। ਹਜੇ ਤਾਂ ਇਹਨਾਂ ਨੇ ਦੋਸ਼ੀ ਲੱਭਣ ਦੇ ਵਿੱਚ ਜਿਹੜੇ 8 ਸਾਲ ਲਾਤੇ ਆ, ਸਜ਼ਾਵਾਂ ਦੇ ਲਈ ਪਤਾ ਨਹੀਂ ਕਿੰਨਾ ਕੁ ਟਾਈਮ ਲਾਉਣਗੇ। ਸੋ ਲੋਕ ਆ ਜਿਹੜੇ ਇਸ ਗੱਲ ਨੂੰ ਲੈ ਕੇ ਚਿੰਤਤ ਨੇ, ਰੋਸ ਦੇ ਵਜੋਂ ਆ ਜਿਹੜਾ ਇਕੱਠ ਆ ਜਿਹੜਾ ਦਿਨੋਂ ਦਿਨ ਵਧੂਗਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ, ਤੁਸੀਂ ਦੇਖੋਗੇ। ਲੋਕ ਪਰੇਸ਼ਾਨ ਕਾਫੀ ਹੈ ਜਿਹੜਾ ਇਹ ਜਾਮ ਨੂੰ ਕਰਕੇ। ਅਸੀਂ ਲੋਕਾਂ ਨੂੰ ਸਹਿਯੋਗ ਦੀ ਅਪੀਲ ਕਰਦੇ ਹਾਂ। ਸਾਡੀ ਦਿਲੀ ਇੱਛਾ ਨਹੀਂ ਹੈ ਕਿਸੇ ਨੂੰ ਠੇਸ ਪਹੁੰਚਾਉਣ ਦੀ, ਪਰ ਸਾਡੇ ਕੋਲ ਕੋਈ ਰਾਹ ਨਹੀਂ ਬਚਦਾ ਇਸ ਸੁੱਤੀ ਸਰਕਾਰ ਨੂੰ ਜਗਾਉਣ ਦੇ ਲਈ, ਕਿਉਂਕਿ 1 ਸਾਲ ਤੋਂ ਤਾਂ ਲਗਾਤਾਰ ਮੋਰਚਾ ਜਿਹੜਾ ਸਾਈਡ 'ਤੇ ਪੀਸਫੁਲ ਚੱਲ ਰਿਹਾ, ਉਹਨਾਂ ਸਾਰੇ ਲੋਕਾਂ ਨੂੰ ਵੀ ਪਤਾ ਵੀ 1 ਸਾਲ ਤੋਂ ਆਪਾਂ ਪੀਸਫੁਲੀ ਬੈਠੇ ਹਾਂ। ਸੋ ਅਸੀਂ ਉਹਨਾਂ ਨੂੰ ਨਿਮਰਤਾ ਸਹਿਤ ਇਹੀ ਕਹਿੰਦੇ ਹਾਂ ਕਿ ਕੋਆਪਰੇਟ ਕਰਨ, ਮਤਲਬ ਵੱਧ ਚੜ੍ਹ ਕੇ ਸੰਗਤ ਦਬਾਅ ਬਣਾਵੇ ਸਰਕਾਰ 'ਤੇ ਅਤੇ ਇਸ ਮਸਲੇ ਦਾ ਹੱਲ ਹੋਵੇ। 10-12 ਪਿੰਡਾਂ ਦੇ ਸਰਪੰਚ ਵੀ ਪਤਾ ਲੱਗਿਆ ਕਿ ਤੁਹਾਡੇ ਅਸੀਂ ਉਹਨਾਂ ਨੂੰ ਅਸੀਂ ਨਹੀਂ ਜੀ ਉਹ ਖਿਲਾਫ਼ ਨਹੀਂ ਸੀ, ਉਹ ਗੱਲ ਕਰਨ ਆਏ ਸੀ ਵੀ ਆਪਾਂ ਇਹਦਾ ਹੱਲ ਕਿਵੇਂ ਕੱਢੀਏ। ਸੋ ਅਸੀਂ ਉਹਨਾਂ ਨੂੰ ਇੱਕ ਬੇਨਤੀ ਕੀਤੀ ਸੀ ਵੀ ਆਪਾਂ ਜੇ ਕੁਛ ਕਰਨਾ ਚਾਹੁੰਦੇ ਸਾਰੇ ਰਲ ਕੇ ਕਰੀਏ। ਉਹਨਾਂ 10-12 ਪਿੰਡਾਂ ਦੇ ਬੰਦਿਆਂ ਨੂੰ ਅਸੀਂ ਕਿਹਾ ਸੀਗਾ ਵੀ ਇੱਕ ਸਰਕਾਰ ਦੇ ਵਿਰੁੱਧ ਮਤਾ ਪਾ ਦਿਓ ਜਿਹਦੇ 'ਚ ਤੁਸੀਂ ਇਸ ਸਰਕਾਰ ਦਾ ਬਾਈਕਾਟ ਕਰੋ, ਇਹਨਾਂ ਦੇ MLA ਨੂੰ ਪਿੰਡ 'ਚ ਨਹੀਂ ਆਉਣ ਦਿੱਤਾ ਜਾਊਗਾ ਉਹਨਾਂ ਸਮਾਂ ਜਿੰਨਾ ਸਮਾਂ ਇਸ ਮਸਲੇ ਦਾ ਹੱਲ ਨਹੀਂ ਕਰਦੇ। ਸੋ ਮੈਂ ਉਹਨਾਂ ਵੀਰਾਂ ਦੇ ਵੇਟ ਕਰਦਾ, ਉਹਨਾਂ ਵੀਰਾਂ ਦੇ ਸਹਿਯੋਗ ਦੀ, ਜਦੋਂ ਵੀ ਉਹ ਹੁੰਦਾ ਤੇ ਹੋ ਸਕਦਾ ਫੈਸਲੇ ਆ ਜਿਹੜੇ ਲੋਕਾਂ ਦੇ ਪ੍ਰਤੀ ਉਹ ਸਾਡੇ ਜਿਹੜੇ ਹੋਰ ਚੰਗੇ ਹੋ ਜਾਣ। ਸਦਰਾਜ ਇਹ ਜਿਹੜੀ ਡਿਫੈਂਸ ਰੋਡ ਆ, ਆਪਾਂ ਇਹਨੂੰ ਨੈਸ਼ਨਲ ਹਾਈਵੇ ਵੀ ਕਹਿ ਸਕਦੇ ਹਾਂ ਜੀ, ਇੱਥੋਂ ਦੀ ਆਰਮੀ ਦੀਆਂ ਗੱਡੀਆਂ ਲੰਘ ਰਹੀਆਂ ਸੀ, ਉਹਨਾਂ ਨੂੰ ਤੁਸੀਂ ਰੋਕਿਆ? ਆਰਮੀ ਦੀਆਂ ਗੱਡੀਆਂ ਰੋਕਣੀਆਂ ਜਾਇਜ਼ ਹੈ? ਨਹੀਂ ਜੀ, ਆਰਮੀ ਦੀਆਂ ਗੱਡੀਆਂ ਰੋਕ ਕੇ ਉਹਨਾਂ ਨਾਲ ਕੋਈ ਮਤਲਬ ਇਨਸਲਟ ਨਹੀਂ ਕੀਤੀ ਗਈ, ਕੁਛ ਇੱਦਾਂ ਦਾ ਨਹੀਂ ਹੋਇਆ ਜਿਹ 'ਚ ਆਪਾਂ ਕਹੀਏ ਵੀ ਉਹ ਗਲਤ ਹੋਇਆ। ਅਸੀਂ ਜਸਟ ਇੱਕ ਮੈਸੇਜ ਕਨਵੇ ਕੀਤਾ, ਮੈਸੇਜ ਇਹ ਆ ਕਿ ਜਦੋਂ ਆਰਮੀ ਲੰਘ ਰਹੀ ਆ ਉਹ ਮਤਲਬ ਅਦਰ ਸਟੇਟ ਦੇ ਬੰਦੇ ਆ ਇੰਪਲੋਇਡ ਜਿਹੜੇ ਸੀਗੇ, ਜੇ ਸਿੱਖਾਂ ਦੇ ਮੁੰਡੇ ਹੁੰਦੇ ਜਾਂ ਸਿੱਖ ਰੈਜੀਮੈਂਟ ਲੰਘਦੀ ਹੁੰਦੀ ਤਾਂ ਉਹਨਾਂ ਨੇ ਤਾਂ ਵੈਸੇ ਹੀ ਵੇਖ ਕੇ ਪੜ੍ਹ ਕੇ ਉਹਨਾਂ ਨੂੰ ਪਤਾ ਲੱਗ ਜਾਣਾ ਸੀ ਵੀ ਪ੍ਰੋਟੈਸਟ ਕਾਹਦੇ ਲਈ ਹੈ ਅਤੇ ਕੀ ਹੋਇਆ। ਉਹ ਅਦਰ ਸਟੇਟ ਦੇ ਸੀਗੇ, ਤੁਸੀਂ ਮੈਂ ਤੁਹਾਨੂੰ ਇੱਥੇ ਐਗਜ਼ਾਮਪਲ ਦੇਵਾਂ ਵੀ ਜੇ 10-12 ਟਰੱਕ ਸੀਗੇ, 10-12 ਦੇ ਵਿੱਚ 10-10 ਬੰਦੇ ਸੀ ਤਾਂ 100 ਬੰਦਾ ਸੀ ਜਿਹੜਾ ਅਲੱਗ ਅਲੱਗ ਮਤਲਬ ਅਦਰ ਸਟੇਟ ਦਾ ਸੀ, ਪੂਰੇ ਦੇਸ਼ ਦੀਆਂ ਦਾ, ਤਾਂ ਸਾਡਾ ਉਹ ਮੈਸੇਜ ਕਨਵੇ ਹੋਇਆ ਅਤੇ ਅਸੀਂ ਉਹਨਾਂ ਨੂੰ ਰਾਹ ਰਿਕੁਐਸਟ ਵੀ ਕੀਤੀ ਆ ਕਿ ਤੁਸੀਂ ਇਹ ਆਪਣਾ ਜਿਹੜਾ ਇਹ ਸਾਡਾ ਪ੍ਰੋਟੈਸਟ ਆ, ਮਤਲਬ ਤੁਸੀਂ ਇਹੀ ਕਹੋ ਕਿ ਸਾਨੂੰ ਰੋਕਿਆ ਗਿਆ, ਆਪਣੇ ਹਾਈਐਸਟ ਆਫਿਸਰਾਂ ਨੂੰ ਦੱਸੋ ਵੀ ਇਹਦੇ ਪਿੱਛੇ ਰੀਜ਼ਨਸ ਕੀ ਆ, ਉਹ ਸਰਕਾਰ ਨੂੰ ਮਤਲਬ ਅੱਗੇ ਗੱਲ ਕਰਨ ਆਪਦੇ ਲੈਵਲ 'ਤੇ ਵੀ ਉਹਨਾਂ ਦਾ ਜਿਹੜਾ ਪੀਸਫੁਲ ਪ੍ਰੋਟੈਸਟ ਚੱਲ ਰਿਹਾ ਉਹਨੂੰ ਤੁਸੀਂ ਹੱਲ ਕਰਵਾਓ। ਸੁਖਰਾਜ, ਇੱਕ ਟੋਲ ਪਲਾਜ਼ਾ ਤੁਸੀਂ ਉੱਥੇ ਪਹੁੰਚੇ ਆ, ਉਹ ਫ੍ਰੀ ਕਰਾਇਆ ਜਾਂ ਜਾਮ ਲਾਇਆ ਉੱਥੇ? ਨਹੀਂ ਜੀ, ਉਹ ਫ੍ਰੀ ਕਰਾਇਆ, ਜਾਮ ਨਹੀਂ ਲੱਗਿਆ ਉੱਥੇ। ਉਹ ਇਹ ਆ ਕਿ ਜਦੋਂ ਲੋਕਾਂ ਨੇ ਇਸ ਰੋਡ 'ਤੇ ਚੜ੍ਹਨਾ ਹੀ ਨਹੀਂ, ਰੋਡ ਤਾਂ ਅਸੀਂ ਪਹਿਲਾਂ ਹੀ ਬੰਦ ਕਰ ਲਈਆ, ਅਤੇ ਲੋਕਾਂ ਦਾ ਉਹ ਨੁਕਸਾਨ ਕਿਉਂ ਹੋਵੇ ਜਿਹੜਾ 2-2, 2.5-2.5 ਸੌ ਰੁਪਏ ਦੀ ਇੱਕ ਪਰਚੀ ਕੱਟੀ ਜਾ ਰਹੀ ਆ? ਅਤੇ ਉੱਥੇ ਅਸੀਂ ਆਮ ਲੋਕਾਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਜਦੋਂ ਲੰਘਣਾ ਜਿੱਥੋਂ ਤੋਂ ਪਰਚੀ ਕੱਟਣ ਦੀ ਮਤਲਬ ਜਦ ਕਰਦੇ ਆ ਜਾਂ ਕਰਦੇ ਆ, ਉਹ ਤੁਸੀਂ ਨਾ ਕਟਾਓ, ਤੁਸੀਂ ਕਹੋ ਕਿ ਅਸੀਂ ਮੋਰਚੇ ਵੱਲੋਂ ਹਾਂ, ਅਸੀਂ ਤੁਹਾਡੇ ਇਸ ਗੱਲ ਦਾ ਸਮਰਥਨ ਕਰਾਂਗੇ, ਸਹਿਯੋਗ ਕਰਾਂਗੇ।